ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਤੋਂ ਤੁਸੀਂ ਦੇਖਦੇ ਪਏ ਜੀ ਮੇਰਾ ਡੀ ਪੀ ਸੀ ਪੰਜਾਬੀ 'ਤੇ ਡੀ ਪੀ ਸੀ ਪੰਜਾਬੀ 'ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਦੋਸਤੋ। ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਪ੍ਰੇਮਨਗਰ ਰੋਡ ਨੋਰਮਲ ਸਕੂਲ ਦੇ ਬਿਲਕੁਲ ਸਾਹਮਣੇ। ਤੁਹਾਨੂੰ ਦੱਸ ਦਈਏ ਕਿ ਇੱਥੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਠੰਡੇ ਮਿੱਠੇ ਜਲ ਦੀਆਂ ਸਬੀਲਾਂ ਦੇ ਜਿਹੜੇ ਲੰਗਰ ਥਾਵਾਂ ਥਾਵਾਂ 'ਤੇ ਜਿਹੜੇ ਆ ਲਗਾਏ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਅੱਜ ਜਲ ਵਿਭਾਗ ਅਤੇ ਸੈਨੀਟੇਸ਼ਨ ਨੇ ਰਲ ਕੇ ਜਿਹੜਾ ਇੱਥੇ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਤੁਸੀਂ ਦੇਖਦੇ ਪਏ ਹੋ ਠੰਡੇ ਜਲ ਦੀਆਂ ਜਿਹੜੀਆਂ ਸਬੀਲਾਂ ਲਗਾਈਆਂ ਨੇ, ਠੰਡੇ ਮਿੱਠੇ ਜਲ ਦੀਆਂ ਸਬੀਲਾਂ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ ਆ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸਾਰੇ ਕਰਮਚਾਰੀ ਅਤੇ ਸਾਰੀ ਟੀਮ ਜਿੰਨੀ ਵੀ ਉਹ ਸਾਰੀ ਦੀ ਸਾਰੀ ਇੱਥੇ ਪਹੁੰਚ ਕੇ ਜਿਹੜਾ ਆ ਠੰਡੇ ਜਲ ਦੀਆਂ ਸਬੀਲਾਂ ਦੇ ਲੰਗਰਾਂ ਦੀ ਸੇਵਾ ਜਿਹੜੀ ਇਹ ਕਰਦੇ ਪਏ ਨੇ। ਤੁਹਾਨੂੰ ਦੱਸ ਦਈਏ ਕਿ ਜਲ ਸਪਲਾਈ ਵੈਸੇ ਵੀ ਲੋਕਾਂ ਨੂੰ ਜਿਹੜਾ ਆ ਠੰਡਾ ਜਲ ਸਪਲਾਈ ਕਰਦੀ ਰਹਿੰਦੀ ਹੈ, ਪਰ ਅੱਜ ਇਹਨਾਂ ਨੇ ਠੰਡਾ ਮਿੱਠੇ ਜਲ ਦੀਆਂ ਜਿਹੜੀਆਂ ਸਬੀਲਾਂ ਲਾ ਕੇ ਜਿਹੜਾ ਆ ਲੋਕਾਂ ਨੂੰ ਠੰਡਕ ਪਹੁੰਚਾਉਣ ਦੇ ਲਈ ਵੱਡਾ ਉਪਰਾਲਾ ਕੀਤਾ ਆ। ਤੁਹਾਨੂੰ ਦੱਸ ਦਈਏ ਕਿ ਤਪਦੀ ਗਰਮੀ ਦੇ ਵਿੱਚ ਜਿਵੇਂ ਕਿ ਪਿਛਲਾ ਪੂਰਾ ਮਹੀਨੇ ਦੇ ਵਿੱਚ ਜਿਹੜਾ ਆ ਵੱਖ ਵੱਖ ਥਾਵਾਂ ਦੇ ਵਿੱਚ ਪੰਜਾਬ 'ਚ ਜਿਹੜੀਆਂ ਸਬੀਲਾਂ ਦੇ ਲੰਗਰ ਜਿਹੜੇ ਲਗਾਏ ਜਾਂਦੇ ਆ, ਉਸੇ ਤਰ੍ਹਾਂ ਹੀ ਅੱਜ ਪ੍ਰੇਮਨਗਰ ਰੋਡ ਨੋਰਮਲ ਸਕੂਲ ਦੇ ਬਿਲਕੁਲ ਨੇੜੇ ਜਲ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਿਹੜਾ ਆ ਇੱਕ ਵੱਡਾ ਉਪਰਾਲਾ ਕਰਦੇ ਹੋਏ ਜਿਹੜਾ ਠੰਡੇ ਮਿੱਠੇ ਜਲ ਦੀਆਂ ਸਬੀਲਾਂ ਲਗਾਈਆਂ ਗਈਆਂ ਨੇ, ਜਿੱਥੇ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਇਹਨਾਂ ਦੇ ਕਰਮਚਾਰੀ ਅਤੇ ਪੂਰੀ ਟੀਮ ਜਿਹੜੀ ਹੈ ਠੰਡੇ ਜਲ ਦੀਆਂ ਜਿਹੜੀਆਂ ਸਬੀਲਾਂ ਨੇ ਸੰਗਤਾਂ ਦੇ ਵਿੱਚ ਵਰਤਾਉਂਦੀਆਂ ਪਈਆਂ ਨੇ। ਅਤੇ ਸਾਡੇ ਨਾਲ ਇਸ ਟਾਈਮ ਇੱਥੇ ਇਸ ਟੀਮ ਦੇ ਪ੍ਰਧਾਨ ਅਤੇ ਨਾਲ ਦੀ ਨਾਲ ਹੋਰ ਵੀ ਜਿਹੜੇ ਸੱਜਣ ਨੇ ਉਹ ਜੁੜੇ ਹੋਏ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੀ ਸੁਖਨੰਦਰ ਸਿੰਘ, ਮੈਂ ਹਾਂ ਸੂਬਾ ਪ੍ਰਧਾਨ ਜਲ ਸਪਲਾਈ ਸੈਂਟਰ ਮਟਰ ਮਲਾਜ਼ਮੇ ਪੰਜਾਬ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਡੀ ਜਥੇਬੰਦੀ ਜਿਹੜੀ ਆ ਇਹ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਮੇਰੇ ਨਾਲ ਖੜ੍ਹੇ ਨੇ, ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਆ ਸਬੀ ਠੰਡੇ ਮਿੱਠੇ ਜਲ ਦੀ ਲਾਈ ਜਾਂਦੀ ਆ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਸੰਦੇਸ਼ ਦਿੱਤਾ ਸੀ ਵੀ ਜ਼ਾਲਮ ਜ਼ੁਲਮ ਦਾ ਟਾਕਰਾ ਜਿਹੜਾ ਉਹ ਕਿੱਦਾਂ ਕਰਨਾ, ਅਤੇ ਉਹਨਾਂ ਨੇ ਸ਼ਾਂਤਮਈ ਰਹਿ ਕੇ ਤੱਤੀਆਂ ਤਵੀਆਂ 'ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ ਲਾਹੌਰ ਵਿਖੇ ਰਾਵੀ ਦੇ ਕੰਢੇ ਦੇ ਉੱਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਬਣਿਆ। ਸੋ ਉਹ ਦਿਨ ਮਹਾਰਾਜ ਦਾ ਹਰ ਸੰਗਤਾਂ ਜਿਹੜੀਆਂ ਬੜੀ ਸ਼ਰਧਾ ਦੇ ਨਾਲ ਮਨਾਉਂਦੀਆਂ, ਅਤੇ ਗੁਰੂ ਸਾਹਿਬ ਨੇ ਕਿਹਾ ਸੀ ਤੱਤੀ ਤਵੀ 'ਤੇ ਬੈਠ ਕੇ ਤੇਰਾ ਭਾਣਾ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ। ਸੋ ਗੁਰੂ ਸਾਹਿਬ ਦੇ ਆਸੇ ਅਨੁਸਾਰ ਸਾਡੀ ਜਥੇਬੰਦੀ ਜਿਹੜੀ ਉਹ ਚੱਲਦੀ ਆ। ਸਾਡੀ ਜਥੇਬੰਦੀ ਦਾ ਮਾਣ ਮੱਤਾ ਇਤਿਹਾਸ ਵੀ ਇਹ ਵੀ ਆ ਵੀ ਇਹ ਵੀ ਜ਼ੁਲਮ ਦੇ ਖਿਲਾਫ ਜਿੱਥੇ ਕੋਈ ਉਹੋ ਜਿਹੀ ਗੱਲ ਆਉਂਦੀ ਸਰਕਾਰ ਨਾਲ ਲੜਨ ਵਾਲੀ ਮੰਗਾਂ ਪ੍ਰਤੀ ਅਸੀਂ ਡਟ ਕੇ ਖੜ ਜਾਂਦੇ ਹਾਂ। ਸੋ ਅੱਜ ਹਰ ਸਾਲ ਦੀ ਤਰ੍ਹਾਂ ਇੱਥੇ ਠੰਡੇ ਮਿੱਠੇ ਜਲ ਦੀ ਸਬੀਲ ਜਿਹੜੀ ਆ ਉਹ ਲਾਈ ਗਈ ਹੈ ਜੀ, ਅਤੇ ਸੰਗਤਾਂ ਨੂੰ ਸਿਖਾਇਆ ਜਾ ਰਿਹਾ, ਨਾਲ ਨਾਲ ਉਪਦੇਸ਼ ਦਿੱਤਾ ਜਾ ਰਿਹਾ, ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਸ਼ਬਦ ਕੀਰਤਨ ਜਿਹੜਾ ਵਾ ਟੇਪ ਰਾਹੀਂ ਚੱਲ ਰਿਹਾ, ਤਾਂ ਕਿ ਲੋਕਾਂ ਨੂੰ ਕੋਈ ਨਾ ਕੋਈ ਸੇਧ ਮਿਲੇ ਵੀ ਆਪਾਂ ਰਲ ਮਿਲ ਕੇ ਰਹਿਣਾ। ਗੁਰੂ ਸਾਹਿਬ ਨੇ ਹਮੇਸ਼ਾ ਸ਼ਾਂਤੀ ਦਾ ਜਿਹੜਾ ਸੀ ਉਹ ਪ੍ਰਤੀਕ ਸੀ ਸਾਡੇ ਗੁਰੂ ਸਾਹਿਬ ਸਾਰੇ, ਉਹਨਾਂ ਨੇ ਇਹ ਗੱਲ ਕਿਹਾ ਸੀ ਵੀ ਜ਼ੁਲਮ ਦੇ ਅੱਗੇ ਜਿਹੜਾ ਝੁਕਣਾ ਨਹੀਂ, ਜੇ ਕੋਈ ਜ਼ੁਲਮ ਕਰਦਾ ਤਾਂ ਉਹਦਾ ਫਿਰ ਜਵਾਬ ਵੀ ਦੇਣਾ। ਸੋ ਅਸੀਂ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪਾਂ ਜਿਹੜਾ ਵਾ ਕਦੀ ਵੀ ਜਿਹੜਾ ਵਾ ਆਪਾਂ ਇਹ ਕਿਸੇ ਦੇ ਖਿਲਾਫ ਕੋਈ ਗਲਤ ਐਕਸ਼ਨ ਨਾ ਲਈਏ, ਕਿਸੇ ਦੇ ਧਰਮ ਦੇ ਖਿਲਾਫ ਕੋਈ ਗੱਲ ਨਾ ਕਰੀਏ, ਆਪਣੇ ਧਰਮ 'ਚ ਪੱਕੇ ਰਹੀਏ। ਅਤੇ ਸਰਕਾਰਾਂ ਨੂੰ ਮੇਰੀ ਅਪੀਲ ਆ ਵੀ ਇੱਕ ਤਰਫਾ ਵਨ ਸਾਈਡਰ ਨਾ ਕਰਿਆ ਕਰੋ, ਕੋਈ ਵੀ ਜਦੋਂ ਗੱਲ ਆਉਂਦੀ ਆ ਸਾਡੇ ਧਰਮ ਦੀ ਉਦੋਂ ਸਾਡੇ ਧਰਮ ਨੂੰ ਬਹੁਤ ਦੂਰ ਸੁੱਟ ਦਿੱਤਾ ਜਾਂਦਾ ਸਿੱਖ ਧਰਮ ਨੂੰ। ਅਤੇ ਮੈਂ ਅਪੀਲ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਜਦੋਂ ਕੋਈ ਸਾਡੇ ਸਿੱਖਾਂ ਦੀ ਗੱਲ ਆਉਂਦੀ ਉਦੋਂ ਤੁਸੀਂ ਬਹੁਤ ਦੂਰ ਸਾਨੂੰ ਲੈ ਜਾਂਦੇ ਜੇ, ਲੇਕਿਨ ਅਸੀਂ ਇਹੋ ਜਿਹੇ ਨਹੀਂ, ਸਾਡੇ ਬੜੇ ਹਿਰਦੇ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡਾ ਨਿਮਰਤਾ ਦਿੱਤੀ ਹੈ, ਨਿਮਰਤਾ ਦੇ ਨਾਲ ਹੀ ਅਸੀਂ ਚੱਲਣ ਵਾਲੇ ਹਾਂ। ਸੋ ਇਸ ਕਰਕੇ ਸਾਨੂੰ ਸਾਡੀ ਜਿਹੜੀ ਕੋਈ ਮੰਗਾਂ ਨੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਜਲਦੀ ਰਿਹਾਅ ਕਰਨ ਲਈ ਜਿਹੜੀ ਆ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਜੀ।
ਸਰ ਜਿਵੇਂ ਕਿ ਜਲ ਵਿਭਾਗ ਤਾਂ ਵੈਸੇ ਹੀ ਲੋਕਾਂ ਨੂੰ ਜਲ ਪ੍ਰਦਾਨ ਕਰਦਾ ਰਹਿੰਦਾ, ਅੱਜ ਠੰਡਾ ਮਿੱਠੇ ਜਲ ਦੀ ਜਿਹੜੀ ਸਬੀਲ ਲਗਾਈ ਹੈ ਇਹਦੇ 'ਤੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ। ਬਿਲਕੁਲ ਜੀ, ਸਾਡਾ ਮਹਿਕਮਾ ਵੀ ਵੇਖੋ ਭਾਈ ਘਨੱਈਏ ਦਾ ਮਿਸ਼ਨ ਆ, ਅਸੀਂ ਪਿੰਡ ਪਿੰਡ ਘਰ ਘਰ ਪਾਣੀ ਪਹੁੰਚਾਉਂਦੇ ਹਾਂ। ਮਹਿਕਮਾ ਸਾਡਾ ਜਿਹੜਾ ਵਾ ਉਹ ਬੜੀ ਨਿਰੰਤਰ ਜਿਹੜਾ ਵਾ ਇਸ ਗਰਮੀ ਦੇ ਵਿੱਚ ਵੀ ਸਾਰੇ ਮੁਲਾਜ਼ਮ ਜਿਹੜੇ ਨੇ ਪਾਣੀ ਪਿਆਉਂਦੇ ਆ। ਉੱਧਰ ਦਿੱਲੀ ਦੇ ਵਿੱਚ ਵੇਖੋ ਪਾਣੀ ਦੇ ਜਿੱਥੇ ਜਿੱਥੇ ਪਾਣੀ ਦੀ ਘਾਟ ਆ ਰਹੀ ਆ, ਪਾਣੀ ਨੂੰ ਸਾਂਭਣ ਦੀ ਵੀ ਲੋੜ ਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਜਦੋਂ ਆਪਾਂ ਨੂੰ ਪਵਨ ਜਿਹੜਾ ਵਾ ਉਹਨੂੰ ਗੁਰੂ ਪਾਣੀ ਨੂੰ ਪਿਤਾ ਕਿਹਾ ਗਿਆ ਉਹਨੂੰ ਸਾਂਭਣਾ ਚਾਹੀਦਾ। ਲੇਕਿਨ ਅੱਜ ਤੱਕ ਸਰਕਾਰਾਂ ਦੀ ਜਿਹੜੀ ਨਲਾਇਕੀ ਵੀ ਕਾਨੂੰਨ ਹੀ ਨਹੀਂ ਬਣਾ ਸਕੀਆਂ। ਅਸੀਂ ਵਾਰ ਵਾਰ ਸਾਡੀ ਜਥੇਬੰਦੀ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਵਾਟਰ ਲਾਅ ਬਣਾ ਦਿਓ, ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਥੋੜ੍ਹੀ ਸਖਤੀ ਕਰੀਏ, ਲੋਕਾਂ ਨੂੰ ਆਖੀਏ ਵੀ ਜਿਹੜੀਆਂ ਫਾਲਤੂ ਗੱਡੀਆਂ ਧੋਂਦੇ ਫਾਲਤੂ ਪਾਣੀ ਉਹਦੇ ਨਾ ਕਰੋ। ਲੇਕਿਨ ਇਹ ਸਰਕਾਰ ਦੀ ਇੱਕ ਨਿੱਜੀਕਰਨ ਦੀ ਪੋਲਿਸੀ ਆ, ਸਰਕਾਰ ਠੇਕੇਦਾਰਾਂ ਨੂੰ ਇਹ ਮਹਿਕਮਾ ਦੇਣਾ ਚਾਹੁੰਦੀ ਆ। ਸਰਕਾਰ ਪਾਣੀ ਜਿਹੜੀ 100, 50, 20 ਰੁਪਏ ਦੀ ਬੋਤਲ ਹੈ 500 ਦੀ ਵੇਚਣੀ ਚਾਹੁੰਦੀ ਆਉਣ ਵਾਲੇ ਸਮੇਂ 'ਚ। ਇਸ ਕਰਕੇ ਕੋਈ ਕਾਨੂੰਨ ਨਹੀਂ ਇਹ ਬਣਾ ਰਹੇ ਕਿ ਇਹਨੂੰ ਪਾਣੀ ਨੂੰ ਕਿੱਦਾਂ ਮਤਲਬ ਰੋਕਣਾ, ਜਦੋਂ ਅਸੀਂ ਮੁਲਾਜ਼ਮ ਕਹਿ ਰਹੇ ਹਾਂ ਵੀ ਇਹਨੂੰ ਪਾਣੀ ਨੂੰ ਰੋਕਣ ਵਾਸਤੇ ਕੋਈ ਕਾਨੂੰਨ ਬਣਾਓ, ਫਾਲਤੂ ਪਾਣੀ ਜਿਹੜਾ ਉਹਨੂੰ ਸਾਂਭਿਆ ਜਾਵੇ। ਲੇਕਿਨ ਉਹ ਨਹੀਂ ਸਾਂਭਦੇ, ਅਸੀਂ ਫਿਰ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਔਰ ਅਸੀਂ ਸਰਕਾਰ ਨੂੰ ਨਾਲ ਨਾਲ ਇਹ ਸਮੇਂ ਸਮੇਂ 'ਤੇ ਮੰਗ ਪੱਤਰ ਵੀ ਭੇਜਦੇ ਵੀ ਪਾਣੀ ਨੂੰ ਸਾਂਭਣ ਦੀ ਲੋੜ ਆ। ਜਿੱਥੇ ਲੋਕਾਂ ਨੂੰ ਕਹਿੰਦੇ ਪਾਣੀ ਸਾਂਭੋ ਤੋਂ ਪਹਿਲਾਂ ਸਰਕਾਰ ਨੂੰ ਆਪ ਸਾਂਭਣਾ ਚਾਹੀਦਾ, ਫਿਰ ਹੀ ਇਹ ਜਿਹੜਾ ਜਾ ਕੇ ਉਪਰਾਲਾ ਜਿਹੜਾ ਦੁਨੀਆ ਸਫਲ ਹੋਵੇਗਾ ਜੀ। ਸਰ ਤੁਹਾਡੀਆਂ ਗੱਲਾਂ ਤੋਂ ਇੱਕ ਸਵਾਲ ਨਿਕਲ ਕੇ ਸਾਹਮਣੇ ਆਉਂਦਾ, ਜਿਵੇਂ ਕਿ ਬਹੁਤ ਸਾਰੇ ਕਿਸਾਨ ਜਿਹੜੇ ਸਮੇਂ ਤੋਂ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਕੀ ਮੈਸੇਜ ਦਿਓਗੇ? ਬਿਲਕੁਲ ਜੀ, ਬਿਲਕੁਲ ਮੈਂ ਇਹ ਤੁਹਾਡੀ ਗੱਲ ਸਹਿਮਤ ਹਾਂ ਜੀ। ਸਮੇਂ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਚਾਹੀਦਾ, ਸਮੇਂ ਤੋਂ ਪਹਿਲਾਂ ਝੋਨਾ ਜਦੋਂ ਬਰਸਾਤ ਆਉਣ ਉਦੋਂ ਲਾਉਣਾ ਚਾਹੀਦਾ। ਲੇਕਿਨ ਉਹਦੇ ਵਿੱਚ ਇੱਕੋ ਹੀ ਗੱਲ ਹੈ, ਕਿਸਾਨ ਜਿਹੜਾ ਜ਼ਿਆਦਾ ਪਾਣੀ ਯੂਜ਼ ਨਹੀਂ ਕਰ ਰਿਹਾ। ਜੇ ਇੱਕ ਪਾਣੀ ਦੇ ਵਿੱਚ ਫੈਕਟਰੀਆਂ ਦੇ ਵਿੱਚ ਪਾਣੀ ਬੜਾ ਯੂਜ਼ ਹੋ ਰਿਹਾ, ਪਿੰਡਾਂ ਦੇ ਵਿੱਚ ਜੇ ਪਾਣੀ ਨੂੰ ਸਾਂਭਣਾ ਹੋਵੇ, ਸਰਕਾਰ ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਬੋਰ ਕਰਕੇ ਧਰਤੀ 'ਚ ਘਲਾ ਕੇ ਸਾਂਭ ਸਕਦੀ ਆ। ਲੇਕਿਨ ਉੱਧਰ ਸਰਕਾਰ ਦਾ ਧਿਆਨ ਨਹੀਂ, ਅਸੀਂ ਜਦੋਂ ਕੱਦੂ ਕਰ ਦਿੰਦੇ ਹਾਂ ਜੀ, ਜਾਂ ਕਿਸਾਨ ਕੱਦੂ ਕਰਦਾ, ਉਹ ਪਾਣੀ ਇੱਕ ਸਥਿਰ ਧਰਤੀ ਬਣ ਜਾਂਦੀ ਆ, ਉਹ ਪਾਣੀ ਉੱਥੇ ਖੜ੍ਹਾ ਰਹਿੰਦਾ, ਪਾਣੀ ਥੱਲੇ ਨਹੀਂ ਜਾਂਦਾ ਜ਼ਮੀਨ 'ਚ। ਅਤੇ ਵੈਸੇ ਸਿੱਧੀ ਬਿਜਾਈ ਜਿਹੜੀ ਹਰ ਕੰਮ ਬਹੁਤ ਹੋਈ ਆ, ਅਤੇ ਅਗਲੇ ਸਾਲ ਮੇਰਾ ਖਿਆਲ ਹੈ ਵੀ ਹਰ ਕਿਸਾਨ ਜਿਹੜਾ ਸਿੱਧੀ ਬਿਜਾਈ ਕਰੇਗਾ, ਪਾਣੀ ਦੀ ਬਚਤ ਕਿਸਾਨ ਬਹੁਤ ਕਰੇਗਾ। ਲੇਕਿਨ ਫੈਕਟਰੀਆਂ ਵਾਲਿਆਂ ਨੂੰ, ਹੋਰ ਜਿਹੜੇ ਲੋਕ ਨੇ ਜਿੱਦਾਂ ਤੁਹਾਨੂੰ ਮੈਂ ਕਿਹਾ ਪਾਣੀ ਸਾਂਭਣ ਦੀ ਲੋੜ, ਇਹਨਾਂ ਨੂੰ ਵੀ ਸਾਂਭਣਾ ਚਾਹੀਦਾ। ਬਿਲਕੁਲ ਜੀ, ਬਹੁਤ ਵਧੀਆ ਗਿਆ ਪ੍ਰਧਾਨ ਜੀ ਨੇ ਕਿ ਪਾਣੀ ਨੂੰ ਸੰਭਾਲਣਾ ਚਾਹੀਦਾ। ਜੇਕਰ ਸਰਕਾਰਾਂ ਇਸ ਨੂੰ ਲੈ ਕੇ ਅਵੇਅਰ ਹੋਣ ਤਾਂ ਮੇਰੇ ਖਿਆਲ ਨਾਲ ਦਿੱਲੀ ਵਰਗੇ ਸ਼ਹਿਰਾਂ 'ਚ ਜਿਹੜੀ ਪਾਣੀ ਦੀ ਕਿੱਲਤ ਕਦੇ ਵੀ ਨਾ ਆਉਂਦੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜਾ ਆ ਪਾਣੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸਮੱਸਿਆਵਾਂ ਜਿਹੜੀਆਂ ਪਾਣੀ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਪੈਦਾ ਹੋ ਰਹੀਆਂ ਨੇ ਸਾਡੇ ਨਾਲ। ਇਸ ਟਾਈਮ ਸਾਡੇ ਸਰਦਾਰ ਜੀ ਜੁੜੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕੀ ਕਹਿੰਦੇ ਨੇ। ਸਤਨਾਮ ਸਿੰਘ ਬਾਜਵਾ ਜੀ, ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋ? ਅੱਜ ਦਾ ਪ੍ਰੋਗਰਾਮ ਜੀ ਸਾਡਾ ਨਾ, ਪਿਛਲੇ ਸਾਲ ਤੋਂ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਦੇ ਦਿਹਾੜੇ ਨੂੰ ਸਮਰਪਿਤ ਜਿਹੜੀ ਆ ਜਲ ਸਫਾਈ ਦੇ ਸੈਨੀਟੇਸ਼ਨ ਇੰਪਲਾਈ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ, ਸਾਡੇ ਸੰਸਦ ਮਹਿਣੀਆਂ ਜੀ ਪੰਜਾਬ ਪ੍ਰਧਾਨ ਸਪੈਸ਼ਲ ਤੌਰ 'ਤੇ ਅੰਮ੍ਰਿਤਸਰ ਉੱਥੇ ਪਹੁੰਚੇ ਨੇ। ਇੱਕ ਸਾਡਾ ਮਿਸ਼ਨ ਹੈ ਸ਼ੁੱਧ ਜਲ ਮੁਹੱਈਆ ਕਰਾਉਣਾ ਪਿੰਡ ਪਿੰਡ ਦੇ ਵਿੱਚ। ਉਹਦੇ ਤਹਿਤ ਅਸੀਂ ਇਸ ਮਿਸ਼ਨ ਨੂੰ ਅੱਗੇ ਕਰਦੇ ਲਿਜਾਉਂਦੇ ਹੋਏ ਆਪਣੀ ਯੂਨੀਅਨ ਵੱਲੋਂ ਜਿਹੜੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿੱਠੇ ਜਲ ਦੀ ਸਬੀਲ ਜਿਹੜੀ ਆ ਉਹ ਲਗਾ ਰਹੇ ਹਾਂ, ਅਤੇ ਇਹ ਵਧੀਆ ਸ਼ੁੱਧ ਪਾਣੀ ਦਾ ਜਿਹੜਾ ਉਹ ਲੋਕਾਂ ਨੂੰ ਵਰਸੋ ਦਾ ਪਾਣੀ ਜਿਹੜਾ ਮੁਹੱਈਆ ਕਰਾ ਰਹੇ ਹਾਂ ਇਹਦੇ ਵਿੱਚ ਵੀ। ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪਾਣੀ ਦੀ ਦੁਰਵਰਤੋਂ ਜਿਹੜੀ ਉਹ ਨਾ ਕਰਿਆ ਕਰੋ, ਕਿਉਂਕਿ ਆਉਣ ਵਾਲੇ ਸਮਾਂ ਤੋਂ ਜਿੰਨੀ ਹੱਥ ਦੀ ਗਰਮੀ ਪਈ ਆ ਅਤੇ ਕਈ ਥਾਵਾਂ 'ਤੇ ਜਿਹੜਾ ਉਹ ਆਪਣੇ ਲੱਗ ਗਿਆ ਆ ਪਾਣੀ ਨੀਵੇਂ ਪੱਧਰ 'ਤੇ ਜਾ ਚੁੱਕਾ ਆ, ਉਹਦੇ 'ਚ ਜ਼ਿਆਦਾ ਕਸੂਰਵਾਰ ਅਸੀਂ ਹਾਂ, ਖੁਦ ਆਪ ਹੈ, ਕਿਉਂਕਿ ਅਸੀਂ ਆਪਣੀ ਪਾਣੀ ਦੀ ਦੁਰਵਰਤੋਂ ਜਿਹੜੀ ਆ ਉਹ ਸਹੀ ਤਰੀਕੇ ਨਾਲ ਕਰਦੇ। ਪਿੰਡਾਂ 'ਚ ਅਸੀਂ ਸਮੁੱਚੇ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਹਾਂ ਵੀ ਉਹਨਾਂ ਪਾਣੀ ਛੱਡੋ, ਸਰਕਾਰਾਂ ਦੇ ਹਿਦਾਇਤਾਂ ਦੇ ਮੁਤਾਬਕ ਨਾ ਚੱਲੋ ਵੀ 10-10, 20-12 ਘੰਟੇ ਪਾਣੀ ਦਿਓ, 2 ਘੰਟੇ ਸਵੇਰ, 2 ਦੁਪਹਿਰ, 2 ਸ਼ਾਮੀ, ਜਿਹੜਾ ਲੋਕਾਂ ਨੂੰ ਪਾਣੀ ਪੀਣ ਵਾਸਤੇ ਮੁਹੱਈਆ ਕਰਾਉਣਾ ਇਹ ਜ਼ਰੂਰੀ ਆ। ਸ਼ੁੱਧ ਪਾਣੀ 350 ਫੁੱਟ ਤੋਂ ਥੱਲਿਓਂ ਆ ਰਿਹਾ ਆ ਅਤੇ ਇਹਦੇ ਵਿੱਚ ਦਵਾਈਆਂ ਪੈਂਦੀਆਂ ਨੇ, ਸ਼ੁੱਧ ਪਾਣੀ ਜਾਂਦਾ ਆ, ਤਾਂ ਸਮੁੱਚੇ ਮਾਨਤਾ ਨੂੰ ਅਪੀਲ ਕਰਦੇ ਹਾਂ ਕਿ ਪਾਣੀ ਬਚਾਓ ਅਤੇ ਦੇਸ਼ ਬਚਾਓ, ਆਉਣ ਵਾਲਾ ਭਵਿੱਖ ਬਚਾਓ।
ਬਹੁਤ ਵਧੀਆ ਗੱਲਾਂ ਦੇ ਨਾਲ ਕਿ ਅੱਜ ਜਿਹੜਾ ਜ਼ਿਆਦਾਤਰ ਸਬੀਲਾਂ ਦੇ ਨਾਲ ਨਾਲ ਜਿਹੜਾ ਆ ਬਹੁਤ ਵਧੀਆ ਜਿਹੜਾ ਪਾਣੀ ਨੂੰ ਸੇਵ ਕਰਨ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਨਾਲ ਜਿਹੜੇ ਸੱਜਣ ਨੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਬਣਦੀ ਪਈ ਉਹ ਪਾਣੀ ਅਤੇ ਨਾਲ ਦੀ ਨਾਲ ਜਿਹੜਾ ਆ ਰੁੱਖਾਂ ਨੂੰ ਲੈ ਕੇ ਸਮੱਸਿਆ ਬਣਦੀ ਪਈ ਹੈ। ਰੁੱਖ ਵੱਢੇ ਤਾਂ ਜਾਂਦੇ ਆ ਪਰ ਲਗਾਏ ਨਹੀਂ ਜਾਂਦੇ, ਇਹ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਹੈ। ਸਾਡੇ ਨਾਲ ਇੱਥੇ ਇਸ ਟਾਈਮ ਸਾਡੇ ਰਮੇਸ਼ ਕਾਲੀ ਜੀ ਵੀ, ਉਹ ਵੀ ਦੋ ਸ਼ਬਦ ਜ਼ਰੂਰ ਕਹਿਣਗੇ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋ? ਮੈਂ ਧੰਨਵਾਦ ਆ ਸੁਖਨਿੰਦਰ ਸਿੰਘ ਮਹਿਣੀਆਂ ਜਿਹਨਾਂ ਨੇ 24/5/11 ਨੂੰ ਸਾਡੇ ਸਮੁੱਚੇ ਪੰਜਾਬ ਦੇ ਜਿਹੜੇ ਫੀਲਡ ਮੁਲਾਜ਼ਮ ਇਹਨਾਂ ਨੇ ਰੈਗੂਲਰ ਕਰਾਇਆ ਔਰ ਸਾਰੇ ਜਿਹੜੇ ਅੱਜ ਅਸੀਂ ਚੰਗੀ ਰੋਟੀ ਖਾ ਰਹੇ ਹਾਂ ਔਰ ਸਾਰੇ ਇਹਨਾਂ ਦਾ ਧੰਨਵਾਦ ਹੈ। ਇਹਨਾਂ ਨੇ ਉਹ ਯੋਧਾ ਨੇ ਜਿਹਨਾਂ ਦੀ ਰਹਿਨਮਾਈ ਹੇਠ ਅਸੀਂ ਸਾਰੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦੇ ਹਾਂ ਔਰ ਸਾਡੀ ਜਿਹੜੀ ਜਲ ਸਪਲਾਈ ਸਕੀਮ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਹੈ ਇਹਨਾਂ ਦੀ ਬਦੌਲਤ ਅਸੀਂ ਕੰਮ ਕਰਕੇ ਅਤੇ ਸਮੁੱਚੇ ਜਿਹੜੇ ਮਾਨਵਤਾ ਨੂੰ ਅਸੀਂ ਸ਼ੁੱਧ ਪਾਣੀ ਪਿਲਾ ਰਹੇ ਹਾਂ ਔਰ ਇਹਨਾਂ ਦਾ ਧੰਨਵਾਦ ਹੈ। ਇਹਨਾਂ ਨੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਨੂੰ ਪੈਨਸ਼ਨ ਵੀ ਇਹਨਾਂ ਨੇ ਲਵਾ ਕੇ ਦਿੱਤੀ ਹੈ, ਹੋਰ ਵੀ ਸਾਨੂੰ ਕਈ ਜਿਹੜੇ ਵਿਭਾਗੀ ਉਹ ਸਾਨੂੰ ਕਮੀ ਪੇਸ਼ੀਆਂ ਆਉਂਦੀਆਂ ਨੇ ਇਹ ਸਾਨੂੰ ਦੂਰ ਕਰਕੇ ਦਿੰਦੇ ਨੇ ਔਰ ਬੜੇ ਵਧੇ ਯੋਧੇ ਸਾਡੇ ਜਿਹੜੇ ਹੈਗੇ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਆ, ਉਹ ਪੂਰੀ ਟੀਮ ਪਹੁੰਚੀ ਹੈ। ਅਸੀਂ ਧੰਨਵਾਦੀ ਹਾਂ ਸਤਨਾਮ ਸਿੰਘ ਬਾਜਵਾ ਜੀ ਦਾ, ਸੁਖਜੀਤ ਜੀ ਦਾ, ਹਰਿੰਦਰ ਸੈਣੀ ਜੀ ਦਾ, ਜਨਕਰਾਜ ਜੀ ਦਾ, ਜੀਤਪਾਲ ਜੀ ਦਾ, ਸਾਰਿਆਂ ਨੇ ਇੱਥੇ ਜਿਹੜੀ ਸੇਵਾ ਲਾ ਕੇ ਅਤੇ ਇਹ ਸਾਡਾ ਵੱਡਾ ਉਪਰਾਲਾ ਕੀਤਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸੁਖਨਿੰਦਰ ਸਿੰਘ ਮਹਿਣੀਆਂ ਜੀ ਦਾ, ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਵਧੀਆ ਤਰੀਕੇ ਨਾਲ ਕਾਲੀ ਜੀ ਨੇ ਵੀ ਆਪਣੇ ਸਾਥੀ ਸੱਜਣਾਂ ਦਾ ਜਿਹੜਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਠੰਡੇ ਜਲ ਦੀਆਂ ਸਬੀਲਾਂ ਦਾ ਜਿਹੜਾ ਕੀਤਾ ਗਿਆ ਆ ਉਹ ਕੀਤਾ ਗਿਆ ਆ ਇਸੇ ਕਰਕੇ ਕਿ ਲੋਕਾਂ ਨੂੰ ਠੰਡਕ ਪਹੁੰਚਾਈ ਜਾਏ ਅਤੇ ਜਲ ਦੀ ਜਿਹੜੀ ਹੈ ਮੇਨ ਗੱਲ ਜਿਹੜੀ ਹੈ ਵੀ ਜਲ ਨੂੰ ਜਿੰਨਾ ਬਚਾਇਆ ਜਾਏ, ਜਿੰਨਾ ਵੇਸਟੇਜ ਪਾਣੀ ਹੈ ਜਿਹੜਾ ਉਸ ਨੂੰ ਬਚਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਦੀ ਕਿੱਲਤ ਨਾ ਹੋ ਸਕੇ। ਤੁਸੀਂ ਦੇਖਦੇ ਪਿਓ ਮੇਰਾ ਡੀ ਪੀ ਸੀ ਪੰਜਾਬੀ, ਮੈਂ ਤੁਹਾਡਾ ਆਪਣਾ ਧਰਮਜੀਤ ਡੀ ਪੀ, ਧੰਨਵਾਦ।